علیت ہے نا کائنات دا اے بھلا کائنات دا شیر شاہ میں ظاہری دنیا دی گل کراں ہویا کہ پورے دھیان میں سننا اے یہ تینوں پاڑیاں چھوڑایا اور چوتھی پہ معلوم ہوا منظر پہ سنگا جب جائے پیمبر پر بیٹھا وہاں سب کو نہ ستاریاں دی
ਬਲਕਿ ਮੈਂ ਪੂਰੀ ਕਾਇਨਾਤ ਨੂੰ ਖਲ ਕੀਤਾ ਮੁਹੰਮਦ ਤੇਰਾ ਤੇ ਤੇਰੀ ਆਸ ਸੁਣਨਾ ਪੂਰੇ ਧਿਆਨ ਨਾਲ ਸੁਣਨਾ ਇਹਦਾ ਜੀ ਨਾਰਾਇਣ ਹੈਦਰੀ ਕੁਰਾਨ ਚ ਆਈ ਅੱਲਾ ਪਾਕ ਕਸਮਾ ਖਾਇਆ ਨੇ ਇਹਦੀ ਜ਼ੁਲਫਾਂ ਤੇ ਹਰ ਵਾਲ ਦੀਆਂ ਕਰਾਂ ਮੈਂ ਪੜ ਬਿਸਮਿਲਲਾ ਰਸੂਲ ਦਾ ਫਰਮਾਨ ਦਾ ਸੋਨਾ ਫਤਿਹ ਸਾਨੀ ਹੱਥ ਉੱਚਾ ਕਰ ਗਿਆ ਹੈਦਰੀ ਉਸ 10 ਦਿਨਾਂ ਦਾ ਜੋਰ ਸੁਣਾਉਣਾ ਚਾਹਨਾ ਕਿ ਨਿਵਾਸਾ ਰਸੂਲ ਇਤਰਾਜ਼ ਹੁੰਦਾ ਹੈ ਨਾ ਬਈ 10 ਦਿਨ ਸੇਕਾ ਮੋਮਨਾ ਬਲੰਦਾ ਦੇ ਪੈਰਾਂ ਦੇ ਜੁੱਤੀ ਕੋਈ ਮੇਰੇ ਬਾਲ ਖੁੱਲੇ ਗਲੀਆਂ ਦੇ ਛਾਏ ਹੁਸੈਨ ਤੇ ਪਏ ਸਿਰਫ ਅਸੀਂ ਨਹੀਂ ਹੁਸੈਨ ਹੁਸੈਨ ਕਰੇਂਗੇ ਔਰ ਮਖਲੂਕ ਵਾ ਵਾ ਸਿਰਫ ਅੰਬੀਆ ਦੇ ਗੱਲ ਨੀ ਮੁੱਕੀ ਤਨ ਤਰਹਾ ਬੈਠਾ ਅਕਬਰ ਦਾ ਬਾਬਾ ਮਾਰੇ ਗਏ ਘਰ ਗੁਜਰ ਗਿਰਾਇਆ
ਛੱਡਾ ਦਿੱਤਾ ਹੈ ਸ਼ਬੀਰ ਖਾਲਕ ਦੀ ਆਵਾਜ਼ ਆਉਂਦੀ ਹੈ ਮਲਾਇਕਾ ਨੂੰ ਹੁਕਮ ਦਿੱਤਾ ਹੈ ਮੇਰੀ ਤਸਵੀਰ ਛੇੜ ਦਿਓ ਜਿਹੜਾ ਸ਼ਬੀਰ ਨੇ ਸੱਜੇ ਸਰ ਰੱਖਿਆ ਹੈ ਹਰ ਦਫੇ ਦਾ ਵੀ ਜੋ ਆਵਾਜ਼ ਆਈਏ ਜੋ لا
ਕਬਰ ਬੰਦ ਹੋ ਜਾਏ ਜੇ ਮਾਤਮ ਕਰਨਾ ਚਾਹੁੰਦੇ ਹੋ ਪਹਿਲਾਂ ਲਫ਼ਜ਼ ਆਖਣਾ ਸੱਜਾਦ ਦੀ ਦਾਦੀ ਦਾ ਸੱਜਾਦ ਨੇ ਕਿਹਾ ਕਿ ਦਾਦੀ ਹੁਣ ਤਿਆਰੀ ਕਰੋ ਹੈਰਾਨ ਹੋ ਗਿਆ ਜੀ ਸੱਜਾਦ ਕਿਵੇਂ ਆਏ ਦਾਦੀ ਵਤਨ ਉਹ ਮੈਂ ਸੁਣ ਆਇਆ ਦੇਖਿਆ ਜੀ ਸੱਜਾਦ ਕਿਹੜਾ ਵਤਨ ਕਿਹੜਾ ਵਤਨ ਮੇਰਾ ਤੇ ਉਹ ਵਤਨ ਹੈ ਜਿੱਥੇ ਮੇਰੀ ਧੀ ਜ਼ੈਨਬ ਪੂਰੇ 35 ਸਾਲ ਉਹ ਮਾਤੀ ਆਉਂਦੀ ਕਿ ਜ਼ੈਨਬ ਦੀ ਕਬਰ ਦੀ ਬਜਾਵਰ ਬਣਵਾਏ ਤੇ ਤੇਰੀ ਮਖਦੂਮਾ ਦਾ ਕਿਹੜਾ ਦਸਤੂਰ ਹੋਵੇ ਆ ਮੁਸਾਫਰਾਂ ਨੂੰ ਪਾਣੀ ਦੇ ਰਿਹਾ ਨਾਲ ਆਖਿਆ ਤੁਸਾਂ ਠੰਡੇ ਪੀਓ ਮੇਰੇ ਤੇ ਦੱਸੇ ਲਾਏ ਹਸਨ ਤੇ ਹੁਸੈਨ ਦੀ ਮੇਰਾ ਦਿਲ ਚਾਹੁੰਦਾ ਕੁਝ ਗੁਜਰਤ ਤੈਨੂੰ ਦੇਵਾ ਸਿੰਘਾਂ ਤੇ ਬੜੇ ਅਹਿਸਾਨ ਹੋਏ ਉਹ ਸਿੰਘ ਦੋ ਇਸ ਬੀਬੀ ਦੇ ਆਖੀ ਜੇ ਗੁਜਰਤ ਦੇਣਾ ਚਾਹੁੰਦਾ ਹੈ ਇੱਕ ਵਾਰੀ ਕਰਬਲਾ ਦੇ ਪਾਸੇ ਮੂੰਹ ਕਰਕੇ ਆ ਦਰਬਾਰ ਦਾ ਪੁੱਤਰ ਤੇਰੇ ਪਿਆਸੇ ਗੁਜ਼ਾਰੇ ਆਏ ਜਿਹੜਾ ਇਸੇ ਰਾਤ ਦੀ ਸੁਭਾ ਧਰਤੀ ਮਜ਼ਬੂਰ ਛੋੜ ਦਿੱਤਾ ਹੈ ਸਾਰੇ ਹੁਸਾ ਜਿਹੜਾ ਫਿਜ਼ਾ ਨੇ ਆਖਿਆ ਨਾ ਕੋਈ ਨੀ ਤਬੀਬਾਂ ਦੀ ਕੋਈ ਲੋੜ ਨੀ ਜਲਦੀ ਕਰ ਤਿਆਰੀ ਕਰ
شریفہ تُو ساڈے پالن والی میں پتر قربان کرا تو سنی عبادت ہو گئی نال جاوے امامت جناب محمد پاک کرائے ہری ہری زندہ جی میرا سلام ہوئی پڑا رو گیا تو سر جاؤ
گھر چھوڑ کے جنازہ پڑھی گیا ہے یہ مولا باقر دے قدمہ کے اٹھلا کا دے مولا ساری زندگی ساری ماں بڑی خدمت کر گزارے یاد رکھے ہو اسی ماں دا میت ہن وطن دے لے بڑی او ماں کیا جا میرے مولا باقر نے کوئی جواب نہ دتا یا بی بی زینب دی قبر ہلیے ماتیاں دے سر لڑ جادا سر جاؤں گے پیادا جڑا فضا نے پترانی آتیا مولا جادا جا مادا میت گھر میں جا بطن دے بادر مولا نے کوئی جواب ہی نہیں تا یا بی بی زینب دی قبر ہلیے آوازوں دے بادر لال میرا ہی میرا اللہ را محمد باقر آدھے گھر میں جو مہاد جنازہ میں ہاتھ کو جی کھڑا مولا مہاد کو جی کھڑا مہاد کو جی کھڑا میں جا چاہ کے چند قدم پورے میں جا ترہ کے بات کو سارے بات مولا نے قدمہ دھیات لاگا دے مولا سی مہاد اپنے یلت وطن دے نہ لے میرے مولا دے کیوں نہیں لے گئے دے ہونے بجبور کرے دے کیوں نہیں لے گئے دے مہاد اپنے یلت کیوں نہ چھوڑا دے حاضر مولا پہلے یہ دسو اور جڑی چھوٹی جی سامنے قبر ہے کہیں دی قبر اس میری بھیڑ دی قبر ہے اس پاسے بابے جی کیڑی حالت ہے میرے مولا سجاد دے جگر دے ٹکڑے قمیض کے باہر میں میرے بابے دی چار بائی دے نال بیٹھ گیا اولی اولی آتا میرا رت ہوے والا بابا اے دسا باقر نو کہنے حوالے کیتی ہے باقر مالا روندے بیٹھے سجاد مولا جی ہو رت ودی ہے سید آقا نڈی غربت دے ہوئی
ਜ਼ੰਜੀਰਾਂ ਦੇ ਉੱਤੇ ਹੌਲੀ ਪਾਈ ਜਿਹੜਾ ਸੱਜਾ ਵਾਲਾ ਨੇ ਗੱਲ ਕੀਤੀ ਹੈ ਬਾਬਾ ਮੈਂ ਤਿੰਨ ਵਜਣਾ ਹੈ ਅੱਜ ਹੁਸੈਨ ਮੇਰੀ ਤਰਫ ਦੇਖਿਆ ਮੈਂ ਕਿਵੇਂ ਆਖਾਂ ਗੁੱਸਲ ਮਿਲਿਆ ਹੈ ਕਫਰ ਮਿਲਿਆ ਹੈ ਸ਼ਹਾਦਤ ਹੋਈ ਪੁੱਤਰ ਨੇ ਗੁੱਸਾ ਦਿੱਤਾ ਕਫਨ ਦਿੱਤਾ ਮੈਂ ਸੱਜੇ ਵਈਆ ਉਸ ਇਮਾਮ ਨੂੰ ਜਿਸ ਦੇ ਮੁਤਲਕ ਮੇਰਾ ਘਰ ਫਤਿਹ ਮੇਰਾ ਉਸ ਮਜ਼ਲੂਮ ਤੇ ਸਲਾਮ ਹੋਵੇ ਜਿਹੜਾ ਕਾਫੀ ਕਫਨ ਮਿਲ ਗਿਆ ਮੇਰੇ ਮੌਲਾ ਦਾ ਘਰ ਇੱਛਾ ਏ ਕਫਨ ਚ ਖੂਨ ਜਾਰੀ ਹੋਇਆ ਜਿਹੜਾ ਬਾਦਰ ਮੌਲਾ ਨੇ ਪਿਓ ਦੇ ਕਫਨ ਨੂੰ ਲਾਲ ਦਿੱਤਾ ਏ ਪਿਓ ਦੇ ਮੂੰਹ ਤੇ ਮੂਰਾ ਚਾਦਾ ਓ ਮੇਰਾ ਸਾਹਮਣਾ ਦਾ ਸੁਲਤਾਨ ਬਾਬਾ ਖੁਫੀਆ ਦੇ ਨਾਲ ਬਾਜ਼ਾਰਾਂ ਵਿੱਚ ਰੁਲਦਾ ਬਾਬਾ ਦਰਬਾਰਾਂ ਦੇ ਖੁਫੀਆ ਦੇ ਨਾਲ ਸਬਰ ਦੀ ਕਿਹੜਾ ਰਵਾਏਗੀ ਕਫਨ ਦੇ ਵਿੱਚ ਮਾਰ ਬਣ ਗਏ ਕੋਈ ਨਹੀਂ